आओ जी, आप मुर्शिद होने आ गए सरकार। ए चको, ए आए किधर है जी? बंद कर दियो बंद कर ले, एडी तेनू वीआईपी सर्विस देनी। सो असी आए हुए हैं लैपटॉप लैन। ठीक हो गया, ते लैपटॉप लैन दे लैन आए हुए हैं एक्स्ट्रा। हां, आए किथे हैं जी? असी आए हुए हैं, दिखा दियो ना उधर। एक्स्ट्रा चाहे हैं, ए प्रमोशन वास्ते आए? जी कॉल आ रही सी, प्रमोशन ना समझो, प्रमोशन वास्ते कॉलां बहुत आउंदियां, असी चक्की दियां नहीं है। सही 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 सही। सो असी हुण देखदे हां लैपटॉप सानू जे सस्ता मिल गया ठीक है, नहीं तां फिर असी ਹੋਰ ਕਿਤੇ ਚੱਲ ਚਲਾਂਗੇ। ਵੈਸੇ ਤੇ ਅਸੀਂ ਵਿਹਲੇ ਹੀ ਹੁੰਦੇ ਆ, ਤੁਹਾਨੂੰ ਪਤਾ। ਅਸੀਂ ਵਿਹਲੇ ਹੁੰਦੇ ਆ ਤੇ ਅੱਜ ਕੱਲ ਹੈਗੀ ਆ ਈਦ, ਈਦ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਹਾਂ, ਸੋ ਆਪਣੇ ਨਾਲ ਆਏ ਹੋਏ ਆ, ਵੈਲਕਮ ਹੋ ਗਿਆ ਰਾਜ ਡੁਗੀ ਆ, ਸਾਨੂੰ ਜੁਆਇਨ ਕੀਤਾ ਆਪਣੇ ਨਾਲ। ਵੈਲਕਮ ਵੈਲਕਮ ਟੂ ਮਾਈ ਚੈਨਲ। ਆਪਣੇ ਨਾਲ ਰਾਜ ਡੁਸਿੰਗੀ ਆ ਤੇ ਆਪਣੇ ਨਾਲ ਮੁਰਸ਼ਦੁਣੀ ਬਲੰਦਪੁਰੀ ਏ। ਹਾਂ, ਲੈ ਦੱਸ ਕੈਮਰਾਮੈਨ ਕੇ ਸਾਥ। ਚਲੋ ਠੀਕ ਹੈ, ਹੁਣ ਚੱਲਦੇ ਆ ਐਕਸਟਰਾ ਦੇ ਵਿੱਚ, ਹੁਣ ਲੈ ਕੇ ਚੱਲ। ਸੋ ਹਲੇ ਲੋਕੀ ਆਏ ਨਹੀਂ ਹੈਗੇ, ਅਸੀਂ ਪਹਿਲਾਂ ਟਾਈਮ ਨਾਲ ਹੀ ਆ ਰਹੇ ਹਾਂ। ਘਬਰਾਉਂਦਾ ਅਸਿਸਟੈਂਸ ਤੁਸੀਂ ਨਾ ਕਰੋ, ਮੈਨੂੰ ਸਸਤਾ ਕਿਹੜਾ ਲਾਉਂਦਾ ਯਾਰ ਜਨਾਬ। ਉਹਨਾਂ ਸਾਰੀ 269 ਠੀਕ ਹੋ ਗਿਆ, 8GB RAM 152GB SSD ਅਸਤਾਦ ਹੈ ਵਾਲੋ। ਐ ਚੈੱਕ ਕਰ ਇਸ ਬੰਦੇ ਦੇ ਕੰਮ, ਸਾਰੀ ਅੰਗਰੇਜ਼ੀ ਨੇ ਇੱਥੇ ਬੋਲ ਲੈਣੀ, ਮੁੜ ਕੇ ਜਾ ਕੇ ਗਾਂ ਨਾ ਥੱਤਿਆਂ ਵਾਲੇ ਕੰਮ ਸ਼ੁਰੂ ਕਰ ਦਾਂ। ਕਿਨੇ ਕਣ ਅੱਗੇ ਨੂੰ ਸਮਝ ਨਹੀਂ ਆਉਂਦਾ ਤੇ ਹੁਣ ਕੰਮ ਪੈ ਗਿਆ ਭਾਰਾ ਚੌਰੀ ਦੇ ਉੱਤੇ। ਮੈਂ ਜਰਾ ਦੇਖੀਏ, ਚਲ ਝੱਟ ਤੋਂ ਸ਼ੁਗਰ ਇਹਨਾਂ ਦਾ ਕੋਸ਼ਿਸ਼ ਕਰ ਰਿਹਾ ਕੀ ਹੁੰਦੇ ਹੋ। ਸਾਦਾ ਆਪਾਂ ਲੈਪਟਾਪ ਦੇਖਿਆ, ਮੈਂ ਕਹਿੰਦਾ ਲੈਪਟਾਪ ਦੇਖਿਆ HP ਵਾਲਾ। ਹਾਂ, ਮੇਰੇ ਹਿਸਾਬ ਨਾਲ ਤਾਂ ਆ ਸਹੀ ਲੱਗਾ ਮੈਨੂੰ। ਕਿਉਂਕਿ ਇਹਦੇ ਵਿੱਚ ਨਾ ਆਪਾਂ 2GB ਗ੍ਰਾਫਿਕ, ਓਨਲੀ ਸਿਲਵਰ ਕਲਰ ਔਰ ਯੂ ਹੈਵ ਆਲਸੋ ਓਨਲੀ ਸਿਲਵਰ। ਪ੍ਰਾਈਸ ਆਲਸੋ ਡਿਫਰੈਂਸ, ਦੈਟ ਵਨ ਹਾਊ ਮਚ ਯੂ ਸੇ? ਦਿਸ ਵਨ 219 ਰੌਲਾ ਪਾਵਰ ਸਾਜੀ, ਤੁਸੀਂ ਵੀ ਘਟਾਓ। ਐਂਡ ਦੈਟ ਵਨ ਕਿ ਬਹੁਤ ਹੈ 200 ਤੁਸੀਂ ਉਸਤਾਦ ਫੋਟੋਆਂ ਤੇ ਫੋਟੋ ਖਿੱਚੀ ਜਾਂਦੇ ਆ, ਮੈਂ ਕਹਿੰਦਾ ਤੁਹਾਨੂੰ ਸਲਾਹ ਲੈ ਕੇ ਆਇਆ, ਤੁਸੀਂ ਸਲਾਹ ਦੇਣ ਨਹੀਂ ਰਹੇ। ਹਾਂਜੀ, ਮੈਂ ਲੈਪਟਾਪ ਦੇਖਿਆ HP ਦਾ, ਡੈੱਲ ਦਾ ਦੇਖਣਾ ਸੀ, ਡੈੱਲ ਦਾ ਹੈ ਨੀਗਾ, HP ਦਾ ਲੈਪਟਾਪ ਇਹਨਾਂ ਕੋਲ 219 ਮੈਨੂੰ ਬੋਲ ਲੈਣ ਦੇ, 10 ਲੈਣ ਦੇ। ਅਤੇ ਲੈਪਟਾਪ ਆਪਣੇ ਉਹਨਾਂ ਕੋਲ HP ਦਾ ਆਇਆ, 219 ਦਾ, 20 ਦਿਨਾਰ ਦਾ ਲੱਗਾ ਹੋਇਆ ਐਕਸਟਰਾ ਸਟੋਰ ਦੇ ਵਿੱਚ। ਅਤੇ ਹੁਣ ਦੇਖਦੇ ਹਾਂ, ਫਿਲਹਾਲ ਥੋੜ੍ਹੀ ਜਿਹੀ ਸਰਚ ਕੀਤੀ ਇਹਨੇ ਉਹਨਾਂ ਦੇ ਹੈਨੀ ਲੈਪਟਾਪ ਬਾਰੇ, ਅਤੇ ਜਿਹੜਾ ਵੀ ਹੁਣ ਸਹੀ ਲੱਗਾ ਉਹ ਆਪਾਂ ਚੱਕ ਲੈਣਾ। ਸੋ ਜਦੋਂ ਮੈਂ ਮਾਰਕੀਟ 'ਚ ਆਇਆ ਸੀਗਾ ਤਾਂ ਫੈਨ ਮਿਲ ਗਿਆ ਵਿੱਚ, ਕਹਿੰਦੇ ਸਰ ਸੈਲਫੀ ਲੈਣੀ ਖਿਚਾਉਣੀ ਆ। ਸੋ ਮੈਂ ਤਾਂ ਹੀ ਇਸ ਤਰ੍ਹਾਂ, ਮੈਂ ਨਾ ਐਕਚੁਲੀ ਰਾਤ ਦੇ ਵੇਲੇ ਟਾਈਮ ਨਿਕਲਦਾ, ਕਿਉਂਕਿ ਜਿਹਨੇ ਫੋਲੋਅਰਸ ਬਹੁਤ ਮਿਲ ਜਾਂਦੇ ਆ, ਬਹੁਤ ਮੁਸ਼ਕਿਲ ਪੇਸ਼ ਆਉਂਦੀ ਆ। ਬਟ ਪਬਲਿਕ ਨੂੰ ਅਸੀਂ ਦੇਖੋ ਪਿਆਰ ਕਰਦੇ ਹਾਂ, ਹੈ ਨਾ, ਇਹਨਾਂ ਸੇ ਇਹਨਾਂ ਕਰਕੇ ਅੱਜ ਇਸ ਟਾਈਮ ਇਸ ਮੁਕਾਮ ਤੇ ਪਹੁੰਚੇ ਹਾਂ। ਯਾ ਯਾ ਸਹੀ ਹੈ, ਉਹਦੇ ਕਰਕੇ ਮਾਰਕੀਟ ਦੇ ਵਿੱਚ ਵੈਸੇ ਵੀ ਤੁਹਾਨੂੰ ਪਤਾ ਘੁੰਮਦੇ। ਚਲੋ ਚਲੋ ਫੋਟੋ ਖਿਚਾ ਲਓ ਵੀਰ, ਖਿਚਾ ਲਓ ਫੋਟੋ, ਖਿੱਚੋ ਤੁਸੀਂ, ਕਹਿਣ ਦੇ ਖਿੱਚ ਲਓ ਖਿੱਚ ਲਓ ਮੇਰੇ ਨਾਲ ਤਸਵੀਰ। ਹੈਲੋ, ਸੌਰੀ ਆਈ ਹੈਵ ਫੋਨ ਕਾਲ, ਆਈ ਵਿਲ ਕਾਲ। ਠੀਕ ਠੀਕ ਠੀਕ, ਸਾਥ ਹੀ ਚਲੋ। ਨਹੀਂ ਨਹੀਂ, ਗੱਲ ਸੁਣ ਗੱਲ ਸੁਣ ਗੱਲ ਸੁਣ, ਤੂੰ ਨਾ ਬੋਲ, ਤੇਰੇ ਕੋਲ ਮਾਈਕ ਹੈ ਨਹੀਂ ਕਿ ਤੇਰਾ ਬੰਦ ਕੀਤਾ ਹੋਇਆ ਮਾਈਕ। ਨਹੀਂ ਲੈਟ ਜਾਂਦੀ ਮੇਰੀ, ਗੱਲ ਸੁਣ ਇੱਧਰ ਆ। ਹੁਣ ਅਸੀਂ ਸਲਾਹ ਇਹ ਕੀਤੀ ਆ ਕਿ ਇੱਕ ਮਾਰਕੀਟ ਆਹ ਆ, ਇਹਦਾ ਤਾਂ ਪ੍ਰਾਈਸ ਆਪਾਂ ਨੂੰ ਪਤਾ ਲੱਗ ਗਿਆ, ਦੂਜੀ ਮਾਰਕੀਟ ਉਹ ਸਾਹਮਣੇ ਆ, ਠੀਕ ਆ। ਤੇ ਹੁਣ ਆਪਾਂ ਇੱਦਾਂ ਕਰਦੇ ਹਾਂ ਵੀ ਆਪਾਂ ਉੱਥੇ ਕਿਉਂ ਨਾ ਪ੍ਰਾਈਸ ਪਤਾ ਕਰੀਏ, 19 ਡਿਫਰੈਂਸ ਜੇ ਆਪਾਂ ਨੂੰ ਮਿਲਦਾ ਤੇ ਫਿਰ ਆਪਾਂ ਚੰਗੀ ਪ੍ਰਾਈਸ ਦੇ ਵਿੱਚ ਆਪਾਂ ਨੂੰ ਜੇ ਮਿਲ ਜਾਵੇ, ਜੇ ਨਾ ਹੋਏ ਫਿਰ ਆਹ ਤਾਂ ਹੈਗਾ ਹੀ ਹੈਗਾ, ਹੁਣ ਆਪਾਂ ਨੂੰ ਪਤਾ ਲੱਗ ਗਏ। ਸੋ ਹੁਣ ਆਪਾਂ ਉੱਥੇ ਪਤਾ ਕਰ, ਹਾਂ ਚਲ ਆ ਜਾ, ਗੱਡੀ ਦਿਖਾ ਦੇ ਇੱਧਰ, ਚੈੱਕ ਕਰ ਫਰਾਰੀ। ਮਾਮਾ ਹੀਰ ਦੇ ਜਦੋਂ ਉਤਰਿਆ ਸੀ ਉਦੋਂ ਤੁਸੀਂ ਤਾਕੀਆਂ ਖੋਲੀਆਂ ਸੀਗੀਆਂ, ਹੈ? ਜਦੋਂ ਉਤਰਿਆ ਸੀ ਉਦੋਂ ਤੁਸੀਂ ਤਾਕੀਆਂ ਖੋਲੀਆਂ ਸੀਗੀਆਂ, ਹੁਣ ਨਹੀਂ ਤਾਕੀਆਂ ਖੋਲੀਆਂ? ਬਸ ਇੱਕ ਵਾਰੀ ਹੁੰਦਾ, ਸਾਡੇ ਵਾਲੀਆਂ ਵੀ ਬੰਦ ਕਰ ਮੇਰਾ ਸੋਹਣਾ। ਚਲੋ
ਉਸਤਾਦ ਮੈਂ ਤਾਂ ਹੀ ਨਾ ਪ੍ਰੈਫਰ ਕਰਦਾ ਆਨਲਾਈਨ ਯਾਰ ਜਦੋਂ ਮਾਲ ਚ ਆਉਣਾ ਅੱਜ ਤੋਂ ਚੀਜ਼ਾਂ ਚੱਲਣੀਆਂ ਹੀ ਨਹੀਂ ਫਿਰ ਕੀ ਫਾਇਦਾ ਨਹੀਂ ਵੀਆਈਪੀ ਸਰਵਿਸ ਉਹਨਾਂ ਦੇ ਕੋਲ ਤਾਂ ਮੈਂ ਤਾਂ ਹੀ ਉਸਤਾਦ ਪ੍ਰੈਫਰ ਕਰ ਮੈਂ ਤਾਂ ਹੀ ਪ੍ਰੈਫਰ ਕਰਦਾ ਆਨਲਾਈਨ ਚੀਜ਼ਾਂ ਮੰਗਾ ਲਈ ਦੀਆਂ ਸੀ ਮੈਂ ਕਹਿੰਦਾ ਮੈਂ 20 ਵਾਰੀ ਕਿਹਾ ਜੀ ਇਲੈਕਟ੍ਰੋਨਿਕਸ ਔਨ ਲੈਵਲ 1 ਲੈਵਲ 1 ਯੈਸ ਇਨਕਾ ਲੈਵਲ ਹੀ ਡਾਊਨ ਹੈ ਲੈਵਲ 2 ਆਫਟਰ ਆ ਵੇਲਾ ਸਟਾਰ ਬੰਦੇ ਦੇ ਕੰਮ ਯੂਟਿਊਬਰ ਦੇ ਕੰਮ ਹੈ ਲਾ ਤੁਸੀਂ ਉਧਰ ਦੀ ਘੁੰਮ ਕੇ ਜਾਣਾ ਪੈਣਾ ਹੁਣ ਹੁਣ ਮੇਜ਼ ਕੁਰਸੀ ਹੈ ਕਿ ਸਾਹਿਬ ਇਹ ਕਿ ਤੁਸੀਂ ਜੇ ਕਦੇ ਇੱਧਰ ਜੇ ਕਦੇ ਪਿੰਡੋਂ ਦੀ ਲੈਵਲ ਨਹੀਂ ਦੋ ਮੈਂ ਜਿਹੜੀ ਗੱਲ ਕਹਿੰਦਾ ਜੇ ਕਦੇ ਉਹਨੇ ਵੀ ਕਿਹਾ ਉਹਨੂੰ ਪੁੱਛਿਆ ਇਲੈਕਟ੍ਰੋਨਿਕ ਕਿੱਥੇ ਆ ਉਹਨੇ ਕਿਹਾ ਲੈਵਲ 1 ਇਹਦਾ ਮਤਲਬ ਇਹ ਹੈ ਕਿ ਤੁਸੀਂ ਲੈਵਲ 'ਚ 3 ਦੇ ਜਾਣ ਲਾਇਕ ਹੈ ਹੀ ਨਹੀਂ ਯਾਰ ਮੈਂ ਤੈਨੂੰ ਯਾਰ ਤੁਸੀਂ ਯੰਗ ਬੰਦੇ ਆ ਹਲੇ ਤੁਹਾਡੀ ਉਮਰ ਹੀ ਕੀ ਆ ਹਾਂ ਹਲੇ ਉਮਰ ਹੀ ਕੀ ਆ ਸਾਰੀ ਨਹੀਂ ਨਹੀਂ ਇੱਧਰ ਤੁਹਾਡੀ ਮੈਂ ਕਿਹੜੀ ਗੱਲ ਸੁਣ ਉਮਰ ਹੀ ਕੀ ਆ ਜਿੰਨੇ ਚਿਰ ਲਿਫਟ ਆਉਣੀ ਹੈ ਮੰਮਾ ਉਹਨੇ ਚਿਰ ਥੱਲੇ ਹੀ ਪਹੁੰਚਣੀ ਚੱਲ ਦੇਖਦੇ ਕੌਣ ਥੱਲੇ ਜਾਂਦਾ ਚੱਲ ਦੇਖਦੇ ਆ ਪਹਿਲਾਂ ਕੌਣ ਜਾਂਦਾ ਚੱਲ ਠੀਕ ਹੈ ਮੈਂ ਤੂੰ ਬਾਡੀ ਸੁਣੀ ਤੁਸੀਂ ਲਿਫਟ ਆਉਣੀ ਹੈ ਮੈਂ ਇੱਧਰ ਹੀ ਆਉਣਾ ਚੱਲ ਮੈਂ ਕੱਲੇ ਆ ਮੁਕਾਬਲਾ ਲੱਗ ਗਿਆ ਠੀਕ ਹੈ ਲਾ ਲੈਣ ਤੁਸੀਂ ਲਾ ਲੈਣ ਉਸਤਾਦ ਆਪਾਂ ਲੈਪਟਾਪ ਇੱਥੇ ਵੀ ਦੇਖ ਲਿਆ ਆ ਆਪਣੇ ਦਿਲ ਨੂੰ ਲੱਗਾ ਨਾ ਜੋ ਉਹ ਇੰਨਾ ਲੱਗਾ ਵੀ ਹਾਂ ਵੀ ਉੱਥੇ ਹੀ ਸਹੀ ਹੈ ਬਹੁਤੀਆਂ ਲਾਈਟਾਂ ਪਿਆ ਇੱਥੇ ਹਨੇਰਾ ਸੀਗਾ ਖੋਤੀ ਬੋੜ ਥੱਲੇ ਬੋੜ ਥੱਲੇ ਘੇੜ ਮੋੜ ਕੇ ਖੋਤੀ ਬੋੜ ਥੱਲੇ ਮੁੰਡੇ ਮੁੜ ਕੇ ਨੀ ਆ ਗਏ ਹੁਣ ਤਾਂ ਲੈ ਕੇ ਨਿਕਲਾਂਗੇ ਹੁਣ ਗੱਲ ਸੁਣ ਲਾ ਮੇਰੀ ਇੱਕ ਗੱਲ ਹੁਣ ਮੁੜ ਕੇ ਆਇਆ ਨਾ ਉਹਨਾਂ ਕੋਲ ਉਹਨਾਂ ਨੇ ਉਹ ਜੀ ਇੱਜ਼ਤ ਨਹੀਂ ਕਰਨੀ ਹੈਗੀ ਜਾ ਤੁਰੇ ਫਿਰਦਾ ਤੂੰ ਤੇ ਤੁਹਾਡਾ ਤਾਂ ਕੰਮ ਹੀ ਹੈ ਮਿੰਟ ਬਾਅਦ ਗੇੜਾ ਕੱਢ ਕੇ ਚੱਲ ਜਾਂਦੀ ਕਰਨ ਕੇ ਇੱਜ਼ਤ ਟੈਨਸ਼ਨ ਲੈ ਤੂੰ ਓਏ ਨਾ ਲੈ ਦੀ ਮੇਰਾ ਨਾ ਨਾ ਲੈ ਦੀ ਤੇਰਾ ਉਹੀ ਮੁੰਡਾ ਪਹਿਲਾਂ ਨਹੀਂ ਕੁੱਟ ਪੈਣੀ ਤਾਂ ਵੀ ਪਵੇ ਚੰਪਕ ਲਾ